ਸਤਿ ਸ਼੍ਰੀ ਅਕਾਲ ਜੀ, ਮੈਂ ਪੂਨਮ T4 ਨਿਊਜ਼ ਚੈਨਲ ਤੋਂ। ਅੱਜ ਅਸੀਂ ਆਏ ਹਾਂ ਪਿੰਡ ਦੋਨ ਕਲਾਂ ਵਿੱਚ, ਜਿੱਥੇ ਕਿ ਇੱਕ ਪਰਿਵਾਰ ਵੱਲੋਂ ਸਰਪੰਚ ਤੇ ਇਲਜ਼ਾਮ ਲਗਾਏ ਗਏ ਹਨ ਕਿ ਸਰਪੰਚ ਨੇ ਸਾਡੇ ਤੇ ਪਰਚਾ ਕੀਤਾ ਹੈ। ਪੂਰੀ ਗੱਲਬਾਤ ਕੀ ਹੈ ਦਿਖਾਉਂਦੇ ਹਾਂ ਤੁਹਾਨੂੰ। ਹਾਂਜੀ ਸਰ, ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਹਰਦੀਪ ਸਿੰਘ ਹੈ ਜੀ। ਕੀ ਹੋਇਆ ਸੀਗਾ? ਸਨ ਆਫ ਰਾਮ ਸਿੰਘ, ਪਿੰਡ ਦੋਨ ਕਲਾਂ, ਮੈਂ ਇੱਥੇ ਰਹਿਣ ਵਾਲਾ ਜੀ। ਮੈਂ 8 ਤਰੀਕ ਨੂੰ ਮੇਰੀ ਡਿਊਟੀ ਸੀ ਥਾਪਰ ਕੱਲ੍ਹ ਦੇ ਵੀ, ਮੈਂ ਡਿਊਟੀ ਕਰਦਾ 2 ਤੋਂ 10 ਮੇਰੀ ਡਿਊਟੀ ਸੀ। ਪਰ ਮੈਨੂੰ ਜਿਵੇਂ ਅਰਲੀ ਮੋਰਨਿੰਗ ਪਤਾ ਲੱਗਿਆ ਕਿ 8 ਤਰੀਕ ਨੂੰ ਸ਼ਾਮ ਨੂੰ 7 ਵਜੇ ਸਾਡੇ ਘਰ ਦੇ ਬਿਲਕੁਲ ਸਾਹਮਣੇ ਦਮਨ ਸਿੰਘ ਸਨ ਆਫ ਗਰਸ਼ਨ ਸਿੰਘ, ਦਾਸ ਸਰਪੰਚ ਬਲਵੀਰ ਸਿੰਘ ਸਨ ਆਫ ਗੱਜਣ ਸਿੰਘ ਦੇ ਨਾਲ ਘਰੇ ਜਾਣ ਪਿੱਛੇ ਕਰਫਿਊ ਦਾ ਜਿਹੜਾ ਜੋ ਚੱਲ ਰਿਹਾ ਸਿਸਟਮ, ਉਹਦੇ ਮੁਤਾਬਕ, ਕਹਿਣ ਦੇ ਮੁਤਾਬਕ ਵੀ ਉਹਨਾਂ ਦਾ ਆਪਸ ਦੇ ਵਿੱਚ ਤਕਰਾਰਬਾਜ਼ੀ ਝਗੜਾ ਹੋ ਗਿਆ ਸੀ ਜੀ। ਉਸ ਝਗੜੇ ਨੂੰ ਦੇਖਦੇ ਹੋਏ ਜਦੋਂ ਉਹਨਾਂ ਦਾ ਰੌਲਾ ਰੱਪਾ ਆਪਸ ਦੇ ਵਿੱਚ ਪਿਆ, ਹੋਰ ਵੀ ਮਹਲਾ ਨਿਵਾਸੀ ਬਾਹਰ ਆ ਗਏ ਅਤੇ ਮੇਰੇ ਜਿਹੜੇ ਇੱਧਰ ਭਤੀਜੇ ਖੜ੍ਹੇ ਸੀ ਵੀ ਉਹਨਾਂ ਨੇ ਵੀ ਛਡਾਇਆ ਅਤੇ ਮਹਲਾ ਨਿਵਾਸੀਆਂ ਨੇ ਵੀ ਛਡਾਇਆ ਜੀ। ਅਤੇ ਉਸ ਤੋਂ ਬਾਅਦ ਫਿਰ ਅਗਲੀ ਸਵੇਰ ਦੇ ਵਿੱਚ ਸਵੇਰੇ 7 ਵਜੇ ਸਾਡੇ ਕੋਲ ਚੌਕੀਦਾਰ ਸਾਹਿਬ ਸੁਨੇਹਾ ਲੈ ਕੇ ਆਉਂਦਾ ਕਿ ਤੁਹਾਨੂੰ ਪੰਚਾਇਤ ਦੇ ਵਿੱਚ ਬੁਲਾਇਆ ਜੀ। ਅਸੀਂ ਕਿਹਾ ਚਲੋ ਠੀਕ ਹੈ ਜੀ। ਉਹ ਜਿਹੜੀ ਗੱਲਬਾਤ ਸੀ ਅਸੀਂ ਦੱਸਿਆ ਵੀ ਸਾਨੂੰ ਅਸੀਂ ਤਾਂ ਸਿਰਫ ਛਡਾਇਆ ਹੀ ਆ, ਸਾਡੇ ਬੱਚਿਆਂ ਨੇ ਛਡਾਇਆ ਜੀ, ਅਤੇ ਹੋਰ ਮਹਲਾ ਨਿਵਾਸੀ ਸੀਗੇ ਉਹਨਾਂ ਨੇ ਛਡਾਇਆ ਹੀ ਆ ਸਾਰਾ, ਬੇਸ਼ੱਕ ਕੋਈ ਕਸੂਰ ਵਾਲੀ ਕੋਈ ਗੱਲ ਹੈ ਨਹੀਂ। ਪਰ ਉਹਨਾਂ ਨੇ ਇੱਕ ਮਤਲਬ ਉੱਥੇ ਮਾਹੌਲ ਇੱਕ ਗਰਮ ਕਰਨ ਨੂੰ ਇੱਕ ਆੜ ਲੈ ਲਈ, ਇੱਕ ਬਹਾਨਾ ਲੈ ਲਿਆ ਕਿ ਤੁਸੀਂ ਫਰਮਾਇਸ਼ਾਂ ਕਰ ਕਰਕੇ ਬਾਹਰੋਂ ਰਾਸ਼ਨ ਮੰਗਾਉਂਦੇ ਹੋ, ਅਤੇ ਇੱਦਾਂ ਕਰਕੇ ਉੱਥੇ ਭਰੀ ਸਭਾ ਦੇ ਵਿੱਚ ਸਾਨੂੰ 20-50 ਬੰਦਿਆਂ ਨੇ ਸਾਨੂੰ ਜਿਹੜੀ ਹੋਰ ਪਹਿਲਾਂ ਤੁਹਾਡੇ ਨਾਲ ਕੋਈ ਰੰਜਿਸ਼ ਹੈ, ਉਹਨਾਂ ਨਾਲ ਕੋਈ ਪਹਿਲਾਂ ਲੜਾਈ ਝਗੜਾ ਹੈਗਾ? ਦੇਖੋ ਜੀ ਮੈਡਮ, ਰੰਜਿਸ਼ ਸੀ ਤਾਂ ਹੀ ਮਤਲਬ ਸਾਡੇ ਉੱਤੇ ਪਰਚਾ ਦਰਜ ਹੋਊਗਾ, ਹਾਲਾਂਕਿ ਇਸ ਤਾਂ ਛਡਾਉਣ ਵਾਲੇ ਸੀਗੇ। ਸਰ ਕਿਸ ਤਰ੍ਹਾਂ ਦੀ ਰੰਜਿਸ਼ ਸੀ? ਕੀ ਰੰਜਿਸ਼ ਤਾਂ ਹੁਣ ਉਹ ਤਾਂ ਹੁਣ ਉਹਨਾਂ ਨੂੰ ਪਤਾ ਹੁਣ ਕਿਵੇਂ ਦੀ ਰੰਜਿਸ਼ ਸੀ, ਸਾਡੇ ਵੱਲੋਂ ਤਾਂ ਕੋਈ ਮਤਲਬ ਉਹਨਾਂ ਦੀ ਰੰਜਿਸ਼, ਕਿਉਂਕਿ ਸਾਡੀ ਅਸੀਂ ਤਾਂ ਆਪਣੇ ਫਾਦਰ ਸਾਹਿਬ ਵੱਲੋਂ ਉਹਨਾਂ ਦੇ ਜਿਹੜੇ ਦਾਦਾ ਪੜਦਾਦਾ ਸੀ ਉਹਨਾਂ ਦੀ ਸਿਫਤਾਂ ਸੁਣਦੇ ਹੁੰਦੇ ਸੀ ਕਿ ਉਹਨਾਂ ਦੇ ਜਿਹੜੇ ਪੜਦਾਦਾ ਸੀਗੇ ਵੀ ਇੰਨੇ ਉਹ ਸੀਗੇ ਵੀ ਮਤਲਬ ਦੋ ਦੋ ਬਾਹਰ ਜਿਹੜੇ ਬੋਹਲ ਹੁੰਦੇ ਸੀ ਨਾ ਦਾਣਿਆਂ ਦੇ, ਉਹ ਵੜ ਦਿੰਦੇ ਹੁੰਦੇ ਸੀ ਗਰੀਬਾਂ ਦੇ ਵਿੱਚ, ਇਹ ਅਸੀਂ ਪ੍ਰਸ਼ੰਸਾ ਸੁਣਦੇ ਹੁੰਦੇ ਸੀ। ਹੁਣ ਕੀ ਹੋਇਆ ਤੁਹਾਡੇ ਨਾਲ? ਕੀ ਕਾਰਨ ਹੋਇਆ ਜਿਹੜਾ? ਹੁਣ ਤਾਂ ਇਹੀ ਹੈ ਕਿ ਦੇਖੋ ਝਗੜਾ ਤਾਂ ਦੇਖੋ ਕਿਸੇ ਹੋਰ ਨਾਲ ਹੋਇਆ ਅਤੇ ਉਸ ਦੇ ਨਾਲ ਰਾਜ਼ੀਨਾਮਾ ਵੀ ਹੋ ਗਿਆ ਜੀ, ਅਤੇ ਸਾਡੇ ਬੱਚਿਆਂ ਨੇ ਛਡਾਇਆ ਅਤੇ ਖੁਦ ਮੈਂ ਹੈ ਵੀ ਨਹੀਂ ਸੀ ਉਸ ਵੇਲੇ ਝਗੜੇ ਵਾਲੇ ਦਿਨ, ਅਤੇ ਨਾਮ ਮੇਰਾ ਵੀ ਵਿਚਲਾ ਤਾ, ਜਦਕਿ ਮੈਂ ਡਿਊਟੀ ਆਪਣੀ ਕਿਹੜੇ ਥਾਣੇ 'ਚ ਕੇਸ ਸਰ? ਇਸ ਤਰ੍ਹਾਂ ਬਹਾਦਰਗੜ੍ਹ ਚੌਂਕੀ ਜੀ, ਅਤੇ ASI ਮਨਜੀਤ ਸਿੰਘ ਜੀ, ਅਤੇ ਉਹਨਾਂ ਨਾਲ ਗੱਲ ਨਹੀਂ ਕਰੀ ਪਿੰਡ ਵਾਸੀਆਂ ਨੇ ਜਾਂ ਤੁਹਾਨੂੰ ਜਾ ਕੇ ਉਹਨਾਂ ਨੂੰ ਆਪਣਾ ਗੱਲ ਕੀਤੀ ਪੱਖ ਬਾਰੇ ਦੱਸਿਆ ਨਹੀਂ? ਗੱਲ ਕੀਤੀ ਸੀ ਮੈਡਮ, ਉਹਨਾਂ ਵੱਲੋਂ ਬਿਲਕੁਲ ਸਾਡੀ ਕੋਈ ਗੱਲ ਨੂੰ ਸੁਣਿਆ ਨਹੀਂ ਗਿਆ, ਸਾਡੇ ਨਾਲ ਬੇਨਜਾਇਜ਼ ਸਰਿਆਮ ਧੱਕਾ, ਜਿਹੜਾ ਕਿ ਜ਼ਿਮੀਂਦਾਰ ਸਰਪੰਚ ਜਿਸ ਦੀ ਧੌਂਸ ਦੇ ਵਿੱਚ ਜੇ ਹੁਣ ਅਸੀਂ ਗੱਲ ਕਰੀਏ, ਕਿਉਂਕਿ ਜਿਵੇਂ ਦਾ ਮਾਹੌਲ ਸਾਡੇ ਨਾਲ ਹੋਇਆ ਉਹਦੀ ਗਰਦਨ ਦੇ ਵਿੱਚ ਜਿਹੜਾ ਕਿੱਲਾ। ਤੁਸੀਂ ਸਰ ਹੁਣ ਕੀ ਚਾਹੁੰਦੇ ਹੋ? ਅਸੀਂ ਕੈਪਟਨ ਮੁੱਖ ਮੰਤਰੀ ਅਮਰਿੰਦਰ ਸਿੰਘ ਜੀ ਨੂੰ ਇਹੀ ਕਹਿਣਾ ਚਾਹੁੰਦੇ ਹਾਂ, ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਜਿਹੜੀਆਂ ਇਹ ਚਾਲਾਂ ਚੱਲ ਰਹੇ ਨੇ, ਧੱਕੇ ਗਰੀਬਾਂ ਦੇ ਨਾਲ ਹੋ ਰਹੇ ਨੇ, ਇਹਨਾਂ ਨੂੰ ਬੰਦ ਕਰਿਆ ਜਾਵੇ ਤਾਂ ਕਿ ਲੋਕ ਸੁੱਖ ਸ਼ਾਂਤੀ ਦਾ ਆਨੰਦ ਮਾਣ ਸਕਣ। ਪਹਿਲਾਂ ਹੀ ਮਾਹੌਲ ਆ ਜਿਹੜਾ ਕਿ ਬੜਾ ਮਾੜਾ ਚੱਲ ਰਿਹਾ। ਮੈਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ ਪੰਜਾਬ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਹੀ ਗੱਲ ਪੁੱਛਣੀ ਚਾਹੁੰਦਾ ਕਿ ਅਗਰ ਕਿਸੇ ਦੇ ਗੇਟ ਦੇ ਅੱਗੇ ਕਿਸੇ ਦੀ ਕੋਈ ਕੁੱਟਮਾਰ ਹੁੰਦੀ ਹੈ, ਉਸ ਨੂੰ ਕੋਈ ਦੂਜਾ ਬੰਦਾ ਛੜਾ ਦਿੰਦਾ, ਕੀ ਇਹ ਕਾਨੂੰਨ ਦੀ ਉਲੰਘਣਾ ਹੈ? ਕੀ ਇਹ ਕਰਫਿਊ ਦੇ ਦੌਰਾਨ ਲਗਾਏ ਹੋਏ ਕਾਨੂੰਨ ਦੀ ਉਲੰਘਣਾ ਹੈ ਜਿਸ ਦੇ ਤਹਿਤ ਉਹਨਾਂ ਦੇ ਉੱਤੇ ਪਰਚਾ ਦਰਜ ਹੋ ਜਾਂਦਾ? ਜਦਕਿ ਜਿਹੜੇ ਬੰਦੇ ਨਾਲ ਝਗੜਾ ਹੋਇਆ ਉਸ ਦਾ ਸਰਪੰਚ ਦੇ ਨਾਲ ਰਾਜ਼ੀਨਾਮਾ ਹੋ ਜਾਂਦਾ ਹੈ। ਸੋ ਕਿਰਪਾ ਕਰਕੇ ਬੇਨਤੀ ਹੈ ਕਿ ਇਹ ਜਿਹੜਾ ਦਲਿਤ ਸਮਾਜ ਦੇ ਉੱਤੇ ਧੱਕਾ ਹੋ ਰਿਹਾ ਇਸ ਨੂੰ ਰੋਕਿਆ ਜਾਵੇ, ਇਹੀ ਬੇਨਤੀ ਕਰਦਾ ਹੋਇਆ ਸਤਿ ਸ਼੍ਰੀ ਅਕਾਲ। ਸਰ ਮੇਰਾ ਨਾਮ ਕਰਨਵੀਰ ਸਿੰਘ ਹੈ ਜੀ, ਸਨ ਆਫ ਅਮਰੀਕ ਸਿੰਘ, ਪਿੰਡ ਦੌਣ ਕਲਾ ਜੀ। ਅੱਛਾ, ਕੀ ਗੱਲਬਾਤ ਹੋਈ ਸੀ ਜੀ ਇਹ? ਸਰ 8 ਤਰੀਕ ਨੂੰ ਸ਼ਾਮ ਨੂੰ 7 ਵਜੇ ਅਸੀਂ ਆਪਣੇ ਘਰ ਦੇ ਅੱਗੇ ਇੱਥੇ ਹੀ ਸੇਮ ਜਗ੍ਹਾ ਖੜ੍ਹੇ ਸੀਗੇ ਜੀ,
ਉਧਰੋਂ ਪੰਚਾਇਤ ਮੈਂਬਰ ਆ ਰਹੇ ਸੀਗੇ ਜੀ। ਪੰਚਾਇਤ ਮੈਂਬਰਾਂ ਦੇ ਆਉਣ ਤੋਂ ਪਹਿਲਾਂ ਇੱਧਰੋਂ ਇੱਕ ਮੁੰਡਾ ਆਇਆ ਜੀ ਗਲੀ 'ਚੋਂ, ਦਮਨਦੀਪ ਸਿੰਘ, ਜਿਨ੍ਹਾਂ ਨਾਲ ਸਰਪੰਚ ਦਾ ਝਗੜਾ ਹੋ ਗਿਆ ਜੀ। ਇੱਥੇ ਮੈਨੂੰ ਨਹੀਂ ਪਤਾ ਜੀ ਕੀ ਗੱਲ ਹੋਈ ਆ ਕੀ ਨਹੀਂ, ਉਹਨਾਂ ਨੇ ਸਰਪੰਚ ਨੇ ਮੈਨੂੰ ਕਿਹਾ ਵੀ ਅੰਦਰ ਚਲੇ ਜਾਓ, ਅਸੀਂ ਕਿਹਾ ਵੀ ਸਾਡਾ ਘਰ ਆ, ਅਸੀਂ ਅੰਦਰ ਚਲੇ ਗਏ ਜੀ ਇੰਨਾ ਕੇ, ਠੀਕ ਹੈ ਜੀ। ਅੰਦਰ ਜਾਣ ਤੋਂ ਬਾਅਦ ਜੀ ਥੋੜ੍ਹੀ ਅੱਗੇ ਜਾ ਕੇ ਸਾਡੇ ਗੇਟ ਤੋਂ ਬਾਹਰ, ਮਤਲਬ ਉਹਨਾਂ ਦੀ ਆਪਸ 'ਚ ਪਤਾ ਨਹੀਂ ਕੀ ਗੱਲ ਹੋਈ ਕੀ ਨਹੀਂ, ਉਹ ਆਪਸ 'ਚ ਥੱਪੜੋ ਥੱਪੜੀ ਹੋਣ ਲੱਗ ਗਏ ਜੀ। ਜਿਹਦੇ ਮੁਤਾਬਿਕ ਪੰਚਾਂ ਨੇ ਉਹਨੂੰ ਮੁੰਡੇ ਨੂੰ ਫੜ ਲਿਆ ਜੀ। ਮਤਲਬ ਮੁੰਡਾ ਜ਼ਿਆਦਾ ਏਜ ਦਾ ਵੀ ਨਹੀਂ ਸੀਗਾ, 17 ਕੁ ਸਾਲ ਦਾ ਸੀ ਸ਼ਾਇਦ, ਉਹਨੂੰ ਫੜ ਕੇ ਕੁੱਟਣ ਲੱਗ ਗਏ ਜੀ। ਮੈਂ ਉਹ ਦੇਖਿਆ ਜੀ, ਮੈਂ ਉਹਨੂੰ ਛਡਾਉਣ ਚਲੇ ਗਿਆ ਜੀ। ਛਡਾਉਣ ਤੋਂ ਬਾਅਦ ਹੀ ਉਹ ਆਪਣਾ ਇੱਥੇ ਸਰਪੰਚ ਕਾਫੀ ਮਤਲਬ ਗਾਲਾ ਗੂਲਾ ਕੱਢਦੇ ਹੋਏ ਬੋਲ ਬੋਲ ਕੇ ਚਲੇ ਗਏ। ਸਵੇਰੇ ਸਾਨੂੰ ਪੰਚਾਇਤ 'ਚ ਬੁਲਾਇਆ ਗਿਆ ਜੀ। ਪੰਚਾਇਤ 'ਚ ਬੁਲਾ ਕੇ ਮੇਰੇ ਤੋਂ ਗੱਲ ਪੁੱਛੀ ਗਈ। ਗੱਲ ਪੁੱਛਦੇ ਪੁੱਛਦੇ ਹੀ ਉਹਨਾਂ ਨੇ ਮਤਲਬ ਸਾਡੇ ਨਾਲ ਨਹੀਂ, ਮਤਲਬ ਰਾਸ਼ਨ ਨੂੰ ਲੈ ਕੇ ਕੁਛ ਉਹਨਾਂ ਨੇ ਆਪਣੀ ਗੱਲ ਕਰ ਲਈ, ਮਤਲਬ ਕੁਛ ਬੋਲਣ ਲੱਗ ਗਏ ਰਾਸ਼ਨ ਪ੍ਰਤੀ। ਤੁਸੀਂ ਸਾਨੂੰ ਆ ਰਾਸ਼ਨ ਬਾਰੇ ਸਿਫਾਰਸ਼ਾਂ ਪਵਾਉਂਦੇ ਹਾਂ, ਤੁਸੀਂ ਭੁੱਖੇ ਮਰਦੇ ਹਾਂ, ਭੈਣ ਚੋਦ ਅਸੀਂ ਤੁਹਾਡੇ ਵਾਸਤੇ ਗਾਲਾਂ ਕੱਢ ਕੇ। ਕਾਫੀ ਮੈਨੂੰ ਜਲੀਲ ਕੀਤਾ ਗਿਆ ਜੀ ਉੱਥੇ ਹੀ, ਉਹਨਾਂ ਦੇ ਪਰਿਵਾਰ ਵੱਲੋਂ ਮੇਰੇ ਨਾਲ ਧੱਕਾ ਮੁੱਕੀ ਵੀ ਹੋਇਆ ਗਿਆ ਜੀ ਉੱਥੇ ਹੀ, ਜਿਹੜੇ ਸਰਪੰਚ ਬਲਵੀਰ ਸਿੰਘ ਨੇ ਉਹਨਾਂ ਵੱਲੋਂ ਹੀ। ਉਹਨਾਂ ਦੇ 2-4 ਇੱਕ ਭਤੀਜਾ ਜੀ ਉਹਨਾਂ ਦਾ, ਗੋਲੂ ਨਾਮ ਹੈ ਜੀ ਉਹਦਾ, ਅਤੇ ਉਹਦੇ 4 ਮੁੰਡੇ ਜੀ, ਇੱਕ ਸਨੀ ਅਤੇ ਸੁੱਖੀ ਅਤੇ ਜਗਮੀਤ ਜੀ। ਉਹਨਾਂ ਵੱਲੋਂ ਮੈਨੂੰ ਧੱਕਾ ਮੁੱਕੀ ਕਰੇ ਗਿਆ ਜੀ, ਸਨੀ ਵੱਲੋਂ ਮੈਨੂੰ ਗਲ ਤੋਂ ਫੜ ਕੇ, ਬਾਕੀਆਂ ਨੇ ਮੇਰੇ ਨਾਲ ਧੱਕਾ ਮੁੱਕੀ ਕੀਤੀ ਆ ਜੀ ਉੱਥੇ, ਅਤੇ ਮੈਨੂੰ ਕਾਫੀ ਮਤਲਬ ਆਪ ਸ਼ਬਦ ਵੀ ਬੋਲੇ ਗਏ ਜੀ ਉੱਥੋਂ, ਜਲੀਲ ਕਰਕੇ ਸਾਨੂੰ ਭੇਜਿਆ ਗਿਆ ਜੀ। ਇੰਨਾ ਕਰਨ ਤੋਂ ਬਾਅਦ ਵੀ ਉਹਨਾਂ ਨੇ ਸਾਡੇ 'ਤੇ FIR ਦਰਜ ਕਰਵਾਤੀ ਬਹਾਦਰਗੜ੍ਹ ਚੌਂਕੀ ਤੋਂ ਜੀ, ਅਤੇ ਬਾਅਦ 'ਚ ਮੈਨੂੰ ਪਤਾ ਵੀ ਲੱਗਿਆ ਜੀ ਉਹਨਾਂ ਨੇ ਮਤਲਬ ਕੇਸ ਕਰਿਆ ਜੀ ਸਾਡੇ 'ਤੇ, ਪਰਚਾ ਦਰਜ ਕਰਵਾਇਆ ਗਿਆ, ਮਤਲਬ ਉਹਨਾਂ ਨੇ ਕਾਫੀ 3-4 ਧਾਰਾ ਵਗੈਰਾ ਲਗਾਈਆਂ ਗਿਆ ਜੀ। ਮੇਰਾ ਨਾਮ ਤਰਨਵੀਰ ਸਿੰਘ ਹੈ ਜੀ, ਸਨਫ ਅਮਰੀਕ ਸਿੰਘ, ਪਿੰਡ ਦੌਣ ਕਲਾਂ। ਕੀ ਗੱਲ ਹੋਈ ਸੀ ਇਹ? ਸਰ, ਇੱਥੇ 8 ਤਰੀਕ ਨੂੰ ਸ਼ਾਮ 7 ਵਜੇ ਅਸੀਂ ਆਪਣੇ ਘਰ ਦੇ ਬਾਹਰ ਖੜ੍ਹੇ ਸੀਗੇ, ਅਤੇ ਸਰਪੰਚ ਸਾਹਿਬ ਉੱਧਰੋਂ ਆਏ ਸੀਗੇ, 5-4 ਪੰਚਾਇਤ ਮੈਂਬਰ ਸੀਗੇ ਉਹਦੇ ਨਾਲ, ਅਤੇ ਆ ਕੇ ਇੱਥੇ ਕਾਫੀ ਮਤਲਬ ਬੋਲਣ ਦਾ ਤਰੀਕਾ ਉਹਨਾਂ ਥੋੜ੍ਹਾ ਜਿਹਾ ਅੱਡੀ ਸੀਗਾ, ਅਤੇ ਆ ਕੇ ਕਹਿਣ ਲੱਗੇ ਤੁਸੀਂ ਅੰਦਰ ਚਲੋ, ਤੁਸੀਂ ਇੱਥੇ ਕੱਟ ਕਰਕੇ ਖੜ੍ਹਦੇ ਹੋ। ਅਤੇ ਅਸੀਂ ਅੰਦਰ ਹੋ ਗਏ, ਅਤੇ ਇੱਥੇ ਜਿਹੜੇ ਮੁੰਡੇ ਨਾਲ ਬਲਵੀਰ ਸਿੰਘ ਸਰਪੰਚ ਜੀ, ਅਤੇ ਇੱਥੇ ਦਾਮਣ ਸਿੰਘ ਸਾਨੂੰ ਸਰ ਦਰਸ਼ਨ ਸਿੰਘ, ਅਤੇ ਜਿਹਦੀ ਬਲਵੀਰ ਸਿੰਘ ਨਾਲ ਹੱਥੋਪਾਈ ਹੋ ਗਈ ਜੀ, ਅਤੇ ਉਹਨਾਂ ਦਾ ਆਪਸੀ ਗੁੱਛ ਪੈ ਗਿਆ ਜੀ। ਅਤੇ ਅਸੀਂ ਸਿਰਫ ਉਹਨਾਂ ਨੂੰ ਵੈਸੇ ਛਡਾਇਆ ਸੀਗਾ ਜੀ, ਉਹਨੂੰ ਕੁੱਟ ਰਹੇ ਸੀਗੇ, ਅਤੇ ਇੰਨੇ 'ਚ ਸਰਪੰਚ ਨੇ ਸਾਡੇ 'ਤੇ ਪਰਚਾ ਕਰਾਤਾ ਜੀ, ਅਤੇ ਇਹਨਾਂ ਨੇ ਸਾਡੇ ਨਾਲ ਨਜਾਇਜ਼ ਧੱਕਾ ਕਰਿਆ ਜੀ, ਅਤੇ ਝੂਠੇ ਪਰਚੇ ਸਾਡੇ ਦੇ ਜਿਹੜੇ ਪਵਾਤੇ ਜੀ ਇਹਨਾਂ ਨੇ, ਸਰਪੰਚ ਬਲਵੀਰ ਸਿੰਘ ਜੀ, ਪਿੰਡ ਦੌਣ ਕਲਾਂ ਦੇ ਜਿਹੜੇ ਸਰਪੰਚ ਨੇ ਉਹਨਾਂ ਨੇ ਜੀ। ਹਾਂਜੀ ਸਰ, ਕੀ ਨਾਮ ਹੈ ਤੁਹਾਡਾ? ਮੇਜਰ ਆ ਜੀ। ਪਿੰਡ ਕਿਹੜਾ ਜੀ? ਇਹੀ ਆ ਜੀ। ਕੀ ਨਾਮ ਪਿੰਡ ਦਾ? ਦੌਣ ਕਲਾਂ। ਅੱਛਾ, ਕੀ ਗੱਲ ਹੋਈ ਸੀ, ਤੁਹਾਨੂੰ ਪਤਾ ਲੱਗਿਆ ਕੁਛ? ਮੈਂ ਹਨੇਰੀ ਹੋ ਗਿਆ ਸੀ ਕਾਫੀ ਜੀ, ਇੱਥੇ ਪਤਾ ਲੱਗਿਆ ਵੀ ਇਹ ਦਰਸ਼ਨ ਸਿੰਘ ਦੇ ਮੁੰਡੇ ਨਾਲ ਵੀ ਉੱਥੋਂ ਪਾਈ ਹੋਈ ਹੈ ਜੀ ਸਰਪੰਚ ਸਾਹਿਬ ਦੀ। ਠੀਕ ਹੈ ਜੀ। ਅਤੇ ਇਹਨਾਂ ਦਾ ਕਰਨਵੀਰ ਜਿਹੜਾ ਮੁੰਡਾ, ਇਹਨੇ ਵੀ ਛਡਾਇਆ ਜੀ ਆ ਕੇ। ਅੱਛਾ, ਮਤਲਬ ਕਿ ਛਡਾਇਆ ਸੀ ਇਹਨਾਂ ਨੇ ਤਾਂ ਨਹੀਂ ਕੋਈ? ਹਾਂਜੀ, ਸੁਣਨ 'ਚ ਆਇਆ ਵੀ ਛਡਾਇਆ ਜੀ ਇਹਨਾਂ ਨੇ। ਭੁਪਿੰਦਰ ਸਿੰਘ ਜੀ। ਪਿੰਡ ਦੌਣ ਕਲਾਂ ਜੀ। ਅੱਛਾ, ਕੀ ਗੱਲ ਹੋਈ ਸੀ ਜੀ? ਕੱਲ੍ਹ ਇੱਥੇ ਜੀ ਜਦੋਂ ਅਸੀਂ ਆਏ ਜਦ ਕੁਕਰੋਲਾ ਜਿਹਾ ਪਹਿਰਾ ਦੀਗਾ, ਇਹਨਾਂ ਨੇ ਮੁੰਡਾ ਜਿਹਾ ਫੜਿਆ ਹੋਇਆ ਸੀਗਾ, ਇੱਕ ਜਵਾਕ ਦਾ ਜੀ, ਛੋਟਾ ਜਿਹਾ। ਹਾਂਜੀ। ਉਹਨੂੰ ਕੁੱਟ ਰਹੇ ਸੀਗੇ ਬੰਦੇ ਜੀ, ਜਾਂ ਮੁੰਡਾ ਛਡਾ ਰਿਹਾ ਸੀਗਾ। ਕਿਹਨੇ ਛਡਾਇਆ ਜੀ? ਆਹ ਮੁੰਡੇ ਨੇ, ਕਰਨਵੀਰ ਨੇ, ਅਤੇ ਇਹਦੇ ਘਰਦਿਆਂ ਨੇ ਵੀ ਛਡਾਇਆ, ਅਤੇ ਬਾਕੀ ਜਿਹੜੇ ਮਹੱਲੇ ਦੇ ਇੱਧਰ ਹੋਰ ਬੰਦੇ ਸੀਗੇ, ਚਾਚਾ ਇੱਕ ਹੋਰ ਸੀਗਾ, ਉਹ ਛਡਾ ਰਿਹਾ ਸੀਗਾ। ਬਸ ਇਹਨਾਂ ਨੇ ਛਡਾਇਆ ਛੁਡਾਇਆ, ਬਾਅਦ 'ਚ ਬਾਅਦ ਤੋਂ ਤਾਂ ਨਹੀਂ ਪਤਾ ਬਾਅਦ 'ਚ ਕੀ ਰੌਲਾ ਹੋਇਆ ਇਹਨਾਂ ਦਾ ਜੀ। ਸਰ, ਤੁਹਾਡਾ? ਨੀਵਾ ਸਿੰਘ। ਪਿੰਡ ਦੌਣ ਕਲਾਂ। ਕੀ ਗੱਲ ਹੋਈ ਸੀ ਜੀ ਇਹ ਜਿਹੜਾ ਝਗੜਾ? ਗੱਲ ਦਾ ਤਾਂ ਜੀ ਮੈਨੂੰ ਪਤਾ ਨਹੀਂ, ਮੈਂ ਤਾਂ ਅੰਦਰ ਬੈਠਾ ਟੀਵੀ ਦੇਖ ਰਿਹਾ ਸੀ। ਹਾਂਜੀ। ਅੰਦਰੋਂ ਚੀਕ ਝੰਗੜਾ ਪੈ ਰਿਹਾ ਸੀ, ਇੱਥੋਂ ਆਏ ਬਾਹਰ ਭੱਜੇ। ਹਾਂਜੀ। ਇੱਥੇ ਲੜਾਈ ਹੋ ਰਹੀ ਸੀ। ਠੀਕ ਹੈ ਜੀ। ਮੈਂ ਇੱਥੋਂ ਛਡਾ ਛੁਡੂ ਦਾ ਇੱਥੇ ਚਲੇ ਗਏ। ਕੌਣ ਛਡਾ ਰਿਹਾ ਸੀ ਜੀ?
ਛੜਾ ਤਾਂ ਸਾਰੀ ਰਹੇ ਸੀ, ਮੈਂ ਤਾਂ ਬਾਅਦ 'ਚ ਆਇਆ ਸੀ ਇੱਥੇ। ਅੱਛਾ ਅੱਛਾ ਜੀ। ਇਹ ਮੁੰਡੇ ਵੀ ਪਿੱਛੇ ਸੀ ਛਡਾਉਣ ਦੇ ਵਿੱਚ, ਕਿਹਦੇ ਨਾਲ ਝਗੜਾ ਹੋਇਆ ਸੀ ਮੈਨੂੰ ਤਾਂ ਇਹ ਬਾਅਦ 'ਚ ਪਤਾ ਲੱਗਿਆ ਵੀ ਆਹ ਮੁੰਡੇ ਨਾਲ ਝਗੜਾ ਹੋਇਆ ਸੀ। ਅੱਛਾ ਜੀ। ਅਤੇ ਇਹ ਛਡਾ ਰਹੇ ਸੀ ਜੀ? ਇਹ ਛਡਾ ਰਹੇ ਸੀ ਉਰੇ ਸਾਰੇ। ਕਿਹਦੇ ਨਾਲ ਝਗੜਾ ਹੋ ਰਿਹਾ ਸੀ ਸਰ, ਪਤਾ ਤੁਹਾਨੂੰ ਨਾਮ? ਝਗੜੇ ਤਾਂ ਮੈਨੂੰ ਨਹੀਂ ਪਤਾ, ਮੈਨੂੰ ਤਾਂ ਬਾਅਦ 'ਚ ਹੀ ਪਤਾ ਲੱਗਿਆ ਵੀ ਆਹ ਮੁੰਡੇ ਨਾਲ ਇੱਥੇ ਆ ਦਰਸ਼ਨ ਦੇ ਮੁੰਡੇ ਨਾਲ ਝਗੜਾ ਹੋਇਆ ਸੀ। ਅੱਛਾ ਜੀ। ਇਹ ਨਹੀਂ ਪਤਾ ਲੱਗਿਆ ਕਿਹਦੇ ਨਾਲ ਹੋਇਆ ਜੀ? ਮੈਨੂੰ ਨਹੀਂ ਪਤਾ, ਮੈਂ ਤਾਂ ਬਾਅਦ 'ਚ ਆਇਆ ਸੀ ਨਾ, ਮੈਂ ਅੰਦਰ ਬੈਠਾ ਟੀ ਵੀ ਦੇਖ ਰਿਹਾ ਸੀ। ਠੀਕ ਹੈ। ਹਾਂਜੀ ਸਰ, ਕੀ ਨਾਮ ਹੈ ਤੁਹਾਡਾ? ਸਰਦਾਰ ਬਲਵੀਰ ਸਿੰਘ ਜੀ। ਹਾਂਜੀ। ਪਿੰਡ? ਦੌਲ ਕਲਾਂ ਜੀ। ਅਹੁਦਾ ਜੀ? ਸਰਪੰਚ ਜੀ। ਹਾਂਜੀ, ਠੀਕ ਹੈ। ਕੀ ਗੱਲ ਹੋਈ ਸੀ ਸਰ, ਇਹ ਜਿਹੜੀ ਐੱਫ ਆਈ ਆਰ ਹੋਈ ਹੈ ਤੁਹਾਡੇ ਪਿੰਡ ਦੇ ਵਿੱਚ? ਮੇਰੇ ਕੋਲ ਜੀ ਪਿੰਡ ਲੋਕਡਾਊਨ ਕੀਤਾ ਹੋਇਆ ਸੀ। ਹਾਂਜੀ। ਮੇਰੇ ਕੋਲ ਸ਼ਿਕਾਇਤ ਆਈ ਵੀ ਕੁਛ ਮੁੰਡੇ ਟੋਲੀ ਬਣਾ ਕੇ ਪਿੰਡ 'ਚ ਘੁੰਮ ਰਹੇ ਆ। ਠੀਕ ਹੈ ਜੀ। ਅਸੀਂ ਉਹਨਾਂ ਨੂੰ ਸਮਝਾਉਣ ਵਾਸਤੇ ਗਏ। ਠੀਕ ਹੈ ਜੀ। ਚਲੋ ਕੁਛ ਅਸੀਂ ਘਰਾਂ ਤੌਰ 'ਤੇ ਇਹ ਘਰਾਂ ਨੂੰ ਗਏ ਨਹੀਂ ਹੈ ਜੀ। ਇਸ ਤੋਂ ਬਾਅਦ ਜੋ ਹੋਏ ਝਗੜਾ ਮੈਂ ਜਿਹੜੀ ਕੰਪਲੇਂਟ ਪੁਲਿਸ ਨੂੰ। ਠੀਕ ਹੈ। ਅਤੇ ਪੁਲਿਸ ਨੇ ਕਾਰਵਾਈ ਕੀਤੀ ਜੀ? ਹਾਂ, ਪੁਲਿਸ ਇਹਨਾਂ ਤੋਂ ਪਰਚਾ ਦਰਜ ਕਰਵਾਇਆ ਜੀ। ਠੀਕ ਹੈ ਸਰ। ਉਹ ਹਰਦੀਪ ਸਿੰਘ ਦਾ ਨਾਂ ਆਇਆ ਵਿੱਚ, ਹੈ ਨਾ ਜੀ? ਉਹਨਾਂ ਨਾਲ ਗੱਲਬਾਤ ਹੋਈ ਸੀ ਸਾਡੀ, ਉਹ ਕਹਿੰਦੇ ਉਸ ਟਾਈਮ ਮੈਂ ਡਿਊਟੀ 'ਤੇ ਸੀ। ਉਸ ਟਾਈਮ ਇਹ ਇਹਨਾਂ ਨਾਲ ਤਾਂ ਦੂਜੇ ਦਿਨ ਹੋਇਆ ਜੀ। ਅੱਛਾ, ਇਹਨਾਂ ਨੂੰ ਦੂਜੇ ਸਵੇਰੇ ਘਰ ਹੋਇਆ, ਦੂਜੇ ਦਿਨ ਹੋਇਆ ਜੀ। ਅੱਛਾ ਜੀ। ਉਹ ਨੈਕਸਟ ਡੇ ਹੋਇਆ? ਹਾਂ, ਨੈਕਸਟ ਡੇ ਹੋਇਆ ਜੀ। ਠੀਕ ਹੈ ਸਰ, ਥੈਂਕ ਯੂ। ਓਕੇ। ਹਾਂਜੀ ਸਰ, ਕੀ ਨਾਮ ਹੈ ਤੁਹਾਡਾ? ਅਮਨਪ੍ਰੀਤ ਸਿੰਘ ਢੀਂਡਸਾ, ਐਡਵੋਕੇਟ। ਪਿੰਡ ਜੀ? ਦੌਣ ਕਲਾਂ। ਹਾਂਜੀ। ਇਹ ਕੀ ਗੱਲ ਹੋਈ ਹੈ ਸਰ ਪਿੰਡ ਦੇ ਵਿੱਚ ਆਪਣੇ? ਇਹ ਪਿੰਡ ਨੂੰ ਪੰਚਾਇਤ ਵੱਲੋਂ ਸੀਲ ਕੀਤਾ ਗਿਆ ਸੀ ਜੀ। ਠੀਕ ਹੈ। ਸਿਰਫ ਪਿੰਡ ਦੇ 4 ਰਸਤਿਆਂ 'ਤੇ ਆਵਾਜਾਈ ਦਿੱਤੀ ਗਈ ਸੀ। ਠੀਕ ਹੈ ਜੀ। ਉਹਨਾਂ ਰਸਤਿਆਂ 'ਤੇ ਪੰਚਾਇਤ ਦੇ ਮੈਂਬਰ ਅਤੇ ਕੁਝ ਸੇਵਾਦਾਰ ਬੈਠੇ ਸੀ, ਜੋ ਕਿ ਬਾਹਰੋਂ ਆਉਣ ਵਾਲੇ ਬੰਦਿਆਂ 'ਤੇ ਨਿਗਾਹ ਰੱਖ ਰਹੇ ਸੀ। ਉਸ ਦੌਰਾਨ ਕੀ ਹੋਇਆ ਕਿ ਪਿੰਡ ਦੇ ਵਾਰਡ ਜਿੱਥੇ ਝਗੜੇ ਵਾਲੀ ਗੱਲ ਆ ਰਹੀ ਆ, ਉਸ ਵਾਰਡ 'ਚੋਂ ਸਰਪੰਚ ਸਾਹਿਬ ਨੂੰ ਸ਼ਿਕਾਇਤ ਮਿਲੀ ਕਿ ਉਸ ਵਾਰਡ 'ਚ ਕੁਛ ਮੁੰਡੇ ਟੋਲੀਆਂ ਬਣਾ ਕੇ ਘੁੰਮ ਰਹੇ ਨੇ ਅਤੇ ਕਰਫਿਊ ਦੀ ਉਲੰਘਣਾ ਕਰ ਰਹੇ ਨੇ। ਇਸ 'ਤੇ ਸਰਪੰਚ ਸਾਹਿਬ ਆਪਣੇ ਪੰਚਾਇਤ ਮੈਂਬਰਾਂ ਨੂੰ ਲੈ ਕੇ ਉੱਥੇ ਸ਼ਾਮ ਨੂੰ ਗਏ ਉਹਨਾਂ ਨੂੰ ਸਮਝਾਉਣ ਦੇ ਲਈ, ਮੁੰਡਿਆਂ ਨੂੰ। ਜਦੋਂ ਉਹਨਾਂ ਨੂੰ ਮਿਲੇ ਕਿ ਤੁਸੀਂ ਅੰਦਰ ਬੈਠੋ, ਉਹ ਅੱਗੋਂ ਸਰਪੰਚ ਸਾਹਿਬ ਨਾਲ ਔਖੇ ਹੋ ਗਏ ਅਤੇ ਧੱਕਾ ਮੁੱਕੀ ਕਰਨ ਲੱਗ ਪਏ। ਉਸ ਤੋਂ ਬਾਅਦ ਜਿਹੜੇ ਮੁੰਡੇ ਨੇ ਧੱਕਾ ਮੁੱਕੀ ਕੀਤੀ ਸੀ, ਉਹਨਾਂ ਦਾ ਪਰਿਵਾਰ ਆ ਗਿਆ। ਅਗਲੇ ਦਿਨ ਸਵੇਰੇ ਉਹਨਾਂ ਦੇ ਨਾਲ ਸਮਝੌਤਾ ਹੋ ਗਿਆ, ਕਿਉਂਕਿ ਉਸ ਮੁੰਡੇ ਨੇ ਜਿਹਨੇ ਹੱਥੋਂ ਪਾਈ ਕੀਤੀ ਸੀ ਉਹਨੇ ਮਾਫ਼ੀ ਮੰਗ ਲਈ। ਪਰ ਕੁਛ ਉੱਥੇ ਸ਼ਰਾਰਤੀ ਅਨਸਰ ਸੀਗੇ ਜਿਹੜੇ ਕਿ ਉਸ ਪਰਿਵਾਰ ਨੂੰ ਉਂਗਲਾਂ ਲਾ ਰਹੇ ਸੀ ਵੀ ਤੁਸੀਂ ਇਹ ਝਗੜੇ ਨੂੰ ਮੁਕਾਉਣਾ ਨਹੀਂ ਹੈਗਾ। ਉਹ ਕੁਛ ਸੌ ਕਾਰਡ ਲੀਡਰ ਉਸ ਮੁਹੱਲੇ 'ਚ ਹੈਗੇ ਨੇ ਜਿਹੜੇ ਇਸ ਗੱਲ ਨੂੰ ਵਧਾਉਣਾ ਚਾਹੁੰਦੇ ਸੀ। ਉਹ ਸਰਪੰਚ ਸਾਹਿਬ ਦੇ ਕਹਿਣ ਤੋਂ ਬਾਅਦ ਵੀ ਟੋਲੀਆਂ ਬਣਾ ਕੇ ਘੁੰਮਣੋਂ ਨਹੀਂ ਹਟੇ ਅਤੇ ਸਰਪੰਚ ਸਾਹਿਬ ਨੇ ਉਹਨਾਂ ਦੀ ਕੰਪਲੇਂਟ ਚੌਂਕੀ ਬਹਾਦਰਗੜ੍ਹ ਪੁਲਿਸ ਨੂੰ ਕਰ ਦਿੱਤੀ। ਉਸ ਤੋਂ ਬਾਅਦ ਪੁਲਿਸ ਨੇ ਆਪਣੀ ਕਾਰਵਾਈ ਤਹਿਤ ਉਹਨਾਂ 'ਤੇ ਐੱਫ ਆਈ ਆਰ ਰਜਿਸਟਰਡ ਕੀਤੀ ਹੈ। ਇਹ ਗੱਲ ਹੋਈ ਹੈ ਜੀ। ਠੀਕ, ਥੈਂਕ ਯੂ ਸਰ।